ਕਿ ਜਦੋਂ ਮਹਾਰਾਜ ਉੱਠ ਕੇ ਆਏ ਆਪਣੀ ਮਾਤਾ ਨੂੰ ਨਮਸਕਾਰ ਕੀਤੀ। ਇਸ ਇੱਕ ਅੱਧੀ ਪੰਕਤੀ ਤੋਂ ਕੀ ਸਿੱਖਿਆ ਮਿਲ ਗਈ ਤੁਹਾਨੂੰ ਮੈਨੂੰ ਸਾਰਿਆਂ ਨੂੰ ਕਿ ਸਾਡੀ ਮਾਂ ਆਉਂਦੀ ਹੋਵੇ ਅਸੀਂ ਆਪਣੀ ਮਾਂ ਨੂੰ ਮੱਥਾ ਟੇਕਣਾ, ਆਪਣੇ ਬਾਪ ਨੂੰ ਮੱਥਾ ਟੇਕਣਾ, ਕਿਉਂਕਿ ਜਿਸ ਮਾਂ ਨੇ 9 ਮਹੀਨੇ ਆਪਣੇ ਪੇਟ ਵਿੱਚ ਰੱਖ ਕੇ ਸਾਨੂੰ ਪਾਲਿਆ, ਆਪ ਗਿੱਲੇ ਸੌਂਦੀ ਰਹੀ ਸਾਨੂੰ ਸੁੱਕੇ ਪਾਉਂਦੀ ਰਹੀ, ਆਪ ਭੁੱਖੀ ਰਹਿ ਕੇ ਮਜ਼ਦੂਰੀਆਂ ਕਰਦੀ ਰਹੀ ਸਾਨੂੰ ਦੁੱਧ ਚੁਗਾਉਂਦੀ ਰਹੀ, ਆਪ ਦੁੱਖ ਝੱਲ ਕੇ ਜੱਫਰ ਜਾਲ ਕੇ ਆਪ ਦਿਹਾੜੀਆਂ ਮਜ਼ਦੂਰੀਆਂ ਕਰ ਕਰਕੇ ਸਾਨੂੰ ਰੋਟੀਆਂ ਖਵਾਉਂਦੀ ਰਹੀ, ਸਾਨੂੰ ਪੜ੍ਹਾਇਆ ਲਿਖਾਇਆ, ਸਾਡੇ 'ਤੇ ਪਰਉਪਕਾਰ ਕੀਤੇ, ਅਤੇ ਉਹਨੂੰ ਕੋਈ ਇੱਛਾ ਨਹੀਂ। ਮਾਂ ਨੂੰ ਕੀ ਮਤਲਬ, ਮਾਂ ਦੀ ਕੀ ਇੱਛਾ ਹੁੰਦੀ ਹੈ ਸਾਡੇ ਤੋਂ? ਮਾਂ ਇੱਕ ਨਿਰਿਛਤ ਆਤਮਾ ਹੁੰਦੀ ਹੈ ਜਿਹੜੀ ਆਪਣੀ ਔਲਾਦ ਦੀ ਸੇਵਾ ਕਰਦੀ। ਮਾਂ ਕੋਈ ਗਰਜ ਨਹੀਂ ਆਪਣੀ ਔਲਾਦ ਤੋਂ ਰੱਖਦੀ ਕਿ ਮੇਰੀ ਔਲਾਦ ਮੈਨੂੰ ਆਹ ਦੇਵੇ। ਸਾਧ ਸਿੰਘ ਜੀ, ਮਾਂ ਕਦੇ ਘਰ ਦਾ ਹਿੱਸਾ ਨਹੀਂ ਵਡਾਉਂਦੀ। ਕਦੇ ਕਿਸੇ ਮਾਂ ਨੇ ਵੰਡਾਇਆ ਤੁਹਾਡਾ, ਤੁਹਾਡੇ ਦਾਦੇ ਬਾਬੇ ਦੀ ਜਾਇਦਾਦ ਵਿੱਚੋਂ? ਨਾ ਪੇਕਿਆਂ ਤੋਂ ਕੁਛ ਲਿਆ, ਨਾ ਸਹੁਰੇ ਘਰ ਚੋਂ ਲਿਆ। ਨਿਸਕਾਮ ਸੇਵਾ ਮਾਂ ਵਰਗੀ ਕੋਈ ਨਹੀਂ ਕਰ ਸਕਦਾ। ਬਾਪ ਨੇ ਪਾਲਿਆ, ਬਾਪ ਦਾ ਕਿੱਡਾ ਸਤਿਕਾਰਯੋਗ ਰੁਤਬਾ, ਤੇ ਮਾਂ ਦਾ ਸਤਿਕਾਰ ਕਿੰਨਾ ਹੋਣਾ ਚਾਹੀਦਾ, ਬਾਪ ਦਾ ਸਤਿਕਾਰ ਕਿੰਨਾ ਹੋਣਾ ਚਾਹੀਦਾ, ਇਹ ਇਤਿਹਾਸ ਸਿਖਾਊਗਾ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਪੂਰਨੇ ਸਿਖਾਉਣਗੇ। ਜਿਸ ਮਾਂ ਨੇ ਐਡੇ ਪਰਉਪਕਾਰ ਕੀਤੇ ਉਹਨੂੰ ਇਕੱਲਾ ਮੱਥਾ ਵੀ ਨਹੀਂ ਟੇਕ ਸਕਦੇ। ਪੁੱਤਾ ਮਾਤਾ ਕੀ ਅਸੀਂ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਇਹ ਸਿਖਾਇਆ ਗੁਰੂ ਹਰਗੋਬਿੰਦ ਸਾਹਿਬ ਨੇ, ਪੂਰਨੇ ਪਾਏ, ਇਸ ਇਤਿਹਾਸ ਨੇ ਸਿਖਾਇਆ, ਇਹ ਜੀਵਨ ਜਾਂਚ ਸਿਖਾਉਂਦਾ ਸਾਨੂੰ। ਇਸ ਕਰਕੇ ਆਪ ਕਰਨ ਕਾਰਨ ਪਰਮੇਸ਼ਰ ਸਰੂਪ ਹੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਾਤਾ ਗੰਗਾ ਜੀ ਨੂੰ ਨਮਸਕਾਰ ਕਰ ਰਹੇ ਹਨ, ਮੱਥਾ ਟੇਕ ਰਹੇ। ਕਿਹੜੇ ਅਵਤਾਰ ਨੇ ਅੱਜ ਤੱਕ ਆਪਣੀ ਮਾਂ ਨੂੰ ਜਾਂ ਬਾਪ ਨੂੰ ਮੱਥਾ ਟੇਕਿਆ ਹੋਇਆ? ਮੈਂ ਨਹੀਂ ਕਦੇ ਸੁਣਨ ਵਿੱਚ ਆਇਆ। ਕਿਸੇ ਪੀਰ ਪੈਗੰਬਰ ਨੇ ਨਹੀਂ ਟੇਕਿਆ, ਟਕਾਇਆ ਤਾਂ ਹੈ। ਇਹ 10 ਗੁਰੂ ਸਾਹਿਬਾਨਾਂ ਦਾ ਨਵੇਕਲਾ ਪੂਰਨਾ ਕਿ ਦੁਨੀਆਂ ਨੂੰ ਸਿਖਾਉਣ ਲਈ ਆਪਣੇ ਮਾਤਾ ਪਿਤਾ ਨੂੰ ਨਮਸਕਾਰ ਕਰਦੇ ਰਹੇ, ਮਾਂ ਬਾਪ ਦਾ ਸਨਮਾਨ ਕਰਨਾ ਸਿਖਾਇਆ। ਮਾਤਾ ਪਿਤਾ ਦਾ ਸਨਮਾਨ ਇਸ ਲਈ ਕਰੀਦਾ ਕਿ ਸਾਡੇ 'ਤੇ ਕਿਰਤ ਘਣਤਾ ਦਾ ਕਲੰਕ ਨਾ ਲੱਗੇ, ਕਿ ਜਿਨ੍ਹਾਂ ਨੇ ਇੰਨੇ ਪਰਉਪਕਾਰ ਕੀਤੇ ਅਸੀਂ ਤੁਹਾਡੀ ਸੇਵਾ ਨੂੰ ਨਮਸਕਾਰ ਕਰਦੇ ਹਾਂ। ਮਾਂ ਤੈਨੂੰ ਕੁਝ ਦੇਣ ਜੋਗੇ ਜੀ, ਅਸੀਂ ਕੇਵਲ ਤੇਰੀ ਕਮਾਈ ਨੂੰ, ਤੇਰੀ ਐਡੀ ਵੱਡੀ ਮਿਹਨਤ ਨੂੰ, ਤੇਰੀ ਘਾਲਣਾ ਨੂੰ ਨਮਸਕਾਰ ਹੀ ਕਰ ਸਕਦੇ, ਨਮਸਕਾਰ ਹੀ ਹੋਰ ਅਸੀਂ ਦੇ ਕੀ ਸਕਦੇ। ਜੀਵਨ ਦਿੱਤਾ, ਸਭ ਕੁਛ ਸਾਨੂੰ ਦਿੱਤਾ, ਸਾਡੇ ਬਾਪ ਨੇ ਛੱਤ ਦਿੱਤੀ, ਜ਼ਮੀਨਾਂ ਦਿੱਤੀਆਂ, ਕਾਰੋਬਾਰ ਦਿੱਤੇ, ਸਾਨੂੰ ਹੁਨਰ ਸਿਖਾਇਆ। ਸੋ ਮਾਂ ਬਾਪ ਦਾ ਬਹੁਤ ਵੱਡਾ ਭਾਈ ਰੁਤਬਾ, ਜਿਹੜੀ ਸਭਾ ਸੁਸਾਇਟੀ ਮਾਂ ਬਾਪ ਦਾ ਸਨਮਾਨ ਕਰਦੀ ਹੈ ਉਹ ਕਦੇ ਰੁਲਦੀ ਨਹੀਂ ਕੱਖਾਂ ਵਾਂਗੂ। ਜਿਹੜੇ ਬੱਚੇ ਆਪਣੇ ਮਾਂ ਬਾਪ ਦਾ ਆਦਰ ਕਰਨਾ ਛੱਡ ਦਿੰਦੇ ਉਹ ਕੰਧਾਂ 'ਚ ਟੱਕਰਾਂ ਮਾਰਦੇ ਆ। ਅੱਜ ਸਾਡੇ ਵਿੱਚੋਂ ਮਾਂ ਬਾਪ ਦਾ ਸਨਮਾਨ ਖਤਮ ਹੁੰਦਾ ਜਾ ਰਿਹਾ, 80% ਤਾਂ ਖਤਮ ਹੈ। ਕੋਈ ਚੰਗੇ ਭਲੇ ਪੁਰਸ਼ ਹੈ, ਅਨਾਥ ਆਸ਼ਰਮਾਂ ਵਿੱਚ ਧੱਕੇ ਦੇ ਦੇ ਕੇ ਮਾਂ ਬਾਪ ਨੂੰ ਕੱਢ ਰਹੇ ਹਾਂ ਅਸੀਂ ਘਰਾਂ ਵਿੱਚੋਂ। ਇਹ ਇਤਿਹਾਸ ਇਹ ਨਹੀਂ ਸਿਖਾਉਂਦਾ, ਇਹ ਸਿਖਾਉਂਦਾ ਆਪਣੀ ਮਾਂ ਦੀ ਪੂਜਾ ਕਰੋ, ਉਹਨਾਂ ਦੀ ਆਰਤੀ ਉਤਾਰੋ, ਉਹਨਾਂ ਦੀ ਸੇਵਾ ਕਰੋ। ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਪੂਰਨੇ ਪਾਏ, ਮਾਤਾ ਜੀ ਨੂੰ ਪਹਿਲਾਂ ਆ ਕੇ ਗੁਰੂ ਕੇ ਮਹਿਲਾਂ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।